ਸਾਸਕਾਲ ਜੀ ਸਾਰਿਆਂ ਨੂੰ, ਮੈਂ ਗੁਰਨੂਰ ਅੱਜ ਗ੍ਰੀਨਲੈਂਡ ਇਮੀਗ੍ਰੇਸ਼ਨ ਤੋਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ। ਟਰੈਵਲ ਕਰਨ ਤੋਂ ਪਹਿਲਾਂ ਇਮੀਗ੍ਰੇਸ਼ਨ ਚੈੱਕ ਅਤੇ ਏਅਰਲਾਈਨਸ ਵੱਲੋਂ ਕੀਤੇ ਗਏ ਸਵਾਲਾਂ ਜਵਾਬਾਂ 'ਤੇ। ਅੱਜ ਕੱਲ੍ਹ ਏਅਰਲਾਈਨਸ ਵੱਲੋਂ ਅਤੇ ਇਮੀਗ੍ਰੇਸ਼ਨ ਚੈੱਕ ਵੱਲੋਂ ਸਵਾਲ ਜਵਾਬ ਬਹੁਤ ਵੱਧ ਗਏ ਆ, ਜਿਸ ਦੇ ਵਿੱਚ ਜੋ ਤਾਂ ਫੇਕ ਨੇ ਲੋਕ ਉਹ ਤਾਂ ਫਸਦੇ ਹੀ ਨੇ, ਪਰ ਕੁਛ ਜੈਨੂਇਨ ਬੱਚੇ ਵੀ ਕਈ ਸਵਾਲਾਂ ਜਵਾਬਾਂ ਦਾ ਜਵਾਬ ਦੇਣ ਤੋਂ ਅਟਕ ਜਾਂਦੇ ਨੇ, ਜਿਹਦੇ ਕਰਕੇ ਉਹ ਪ੍ਰੋਬਲਮ ਫੇਸ ਕਰਦੇ ਆ। ਆਓ ਅਸੀਂ ਗੱਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ। ਕੁਛ ਪੁਆਇੰਟਸ ਤੁਸੀਂ ਨੋਟ ਕਰ ਲਓ। ਤੁਹਾਨੂੰ ਤੁਹਾਡੇ ਐਜੂਕੇਸ਼ਨ ਰਿਲੇਟਿਡ ਸਾਰੇ ਡਾਕੂਮੈਂਟਸ ਬਾਰੇ ਪਤਾ ਹੋਣਾ ਚਾਹੀਦਾ, ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ ਈਅਰ ਪਤਾ ਹੋਣੇ ਚਾਹੀਦੇ ਆ, ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ ਅਪਰੋਕਸੀਮੇਟਲੀ ਪਰਸੈਂਟੇਜ ਪਤਾ ਹੋਣੇ ਚਾਹੀਦੇ ਆ, ਯੂਨੀਵਰਸਿਟੀਜ਼ ਕਾਲਜ ਦਾ ਨਾਮ ਪਤਾ ਹੋਣਾ ਚਾਹੀਦਾ, ਕੁਛ ਤੁਹਾਨੂੰ ਆਪਣੇ ਪ੍ਰਿੰਸੀਪਲ ਦਾ ਨਾਮ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇੰਪਲੋਇਮੈਂਟ ਦੀ। ਜੇਕਰ ਤੁਸੀਂ ਕਿਤੇ ਕੰਮ ਕੀਤਾ ਹੈ ਅਤੇ ਆਪਣਾ ਐਕਸਪੀਰੀਅੰਸ ਸਰਟੀਫਿਕੇਟ ਲਾਇਆ, ਉਹ ਇੰਪਲੋਇਮੈਂਟ ਰਿਕਾਰਡਸ ਤੁਹਾਡੇ ਕੋਲ ਸਾਰੇ ਮੌਕੇ 'ਤੇ ਅਵੇਲੇਬਲ ਹੋਣੇ ਚਾਹੀਦੇ ਆ। ਐਕਸਪੀਰੀਅੰਸ, ਪੇ ਸਲਿਪਸ, ਲੈਟਰ ਆਫ ਰਿਕਮੈਂਡੇਸ਼ਨਸ, ਲੈਟਰ ਆਫ ਇੰਪਲੋਇਮੈਂਟ, ਸਾਰੀਆਂ ਜੋ ਵੀ ਲੈਟਰਸ ਐਕਸਪੀਰੀਅੰਸ ਦੇ ਰਿਲੇਟਡ ਨੇ ਤੁਹਾਡੇ ਕੋਲ ਉੱਥੇ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ। ਪਲੱਸ ਤੁਹਾਡਾ ਇੰਪਲੋਇਰ ਫੋਨ 'ਤੇ ਗੱਲ ਕਰਨ ਲਈ ਅਵੇਲੇਬਲ ਹੋਣਾ ਚਾਹੀਦਾ। ਹੁਣ ਅਸੀਂ ਗੱਲ ਕਰਦੇ ਹਾਂ ਮਿਸਟਰ ਵੀਜ਼ਾਸ ਦੇ ਬਾਰੇ। ਤੁਹਾਡੇ ਕੋਲ ਤੁਹਾਡੀ ITD ਕਲੀਅਰ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਰਿਟਰਨ ਟਿਕਟਸ ਹੋਣੀਆਂ ਚਾਹੀਦੀਆਂ, ਤੁਹਾਡੇ ਕੋਲ ਤੁਹਾਡੀਆਂ ਹੋਟਲ ਬੁਕਿੰਗਸ ਹੋਣੀਆਂ ਚਾਹੀਦੀਆਂ। ਜੇਕਰ ਤੁਸੀਂ ਸਪੋਂਸਰਸ਼ਿਪ 'ਤੇ ਜਾ ਰਹੇ ਹੋ ਤੁਹਾਡੇ ਕੋਲ ਸਪੋਂਸਰ ਦੀਆਂ ਸਾਰੀਆਂ ਡਿਟੇਲਸ ਹੋਣੀਆਂ ਚਾਹੀਦੀਆਂ, ਸਪੋਂਸਰ ਤੁਹਾਡਾ ਫੋਨ ਅਟੈਂਡ ਕਰਕੇ ਜਵਾਬ ਦੇ। ਅਤੇ ਇੱਕ ਚੀਜ਼ ਹੋਰ, ਕਈ ਵਾਰੀ ਕਿ ਤੁਸੀਂ ਸਪੋਂਸਰਸ਼ਿਪ ਦੇ ਉੱਤੇ ਕਿਸੇ ਫਰੈਂਡ ਦੀ, ਕਿਸੇ ਕਜ਼ਨ ਦੀ ਸਪੋਂਸਰ 'ਤੇ ਜਾਂਦੇ ਹੋ, ਵੀਜ਼ਾ ਆਫਿਸਰ ਤੁਹਾਨੂੰ ਉਹਦੇ ਨਾਲ ਕੋਈ ਤੁਹਾਡੀਆਂ ਚੈਟਸ, ਤੁਹਾਡੀਆਂ ਉਹਦੇ ਨਾਲ ਕੋਈ ਫੋਟੋਜ਼ ਵੀ ਮੰਗ ਸਕਦਾ। ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ ਅਤੇ ਆਪਣੇ ਟਰੈਵਲ ਨੂੰ ਸੌਖਾ ਅਤੇ ਸਾਫ਼ ਬਣਾਓ। ਧੰਨਵਾਦ।